ਸਿਰਫ ਅਜਦੀ ਰਣਨੀਤੀ ਹੈ, ਕਿਉਂਕਿ ਮੀਟਿੰਗ ਦਾ ਸਮਾਂ ਜਿਹੜਾ ਹੈਗਾ ਦੇ ਦਿੱਤਾ ਗਿਆ ਹੈ, ਤੇ ਨੌਜਵਾਨਾਂ ਦੇ ਲਈ ਜਾਂ ਫਿਰ ਇਸ ਬੈਰੀਅਰ ਤੇ ਅੱਜ ਸਥਿਤੀ ਕਿਸ ਤਰ੍ਹਾਂ ਦੀ ਰਹਿ ਸਕਦੀ ਹੈ? ਦੇਖੋ, ਸਾਡੇ ਵੱਲੋਂ ਸਟੇ ਹੈਗਾ ਸਾਰਾ ਕੁਝ, ਮੀਟਿੰਗ 'ਚ ਗੱਲਬਾਤ ਤੋਂ ਬਾਅਦ ਹੀ ਪਤਾ ਲੱਗੂਗਾ। ਅਸੀਂ ਪੀਸੀ ਸਪੈਸ਼ਲ ਸੱਦੀ ਹੋਈ ਆ, ਉਹਦੇ ਵਿੱਚ ਮੀਟਿੰਗ ਕਰਨ ਤੋਂ ਬਾਅਦ ਸਾਰਾ ਕੁਝ ਤੁਹਾਨੂੰ ਸਪਸ਼ਟ ਕਰ ਦੇਵਾਂਗੇ। ਅੱਛਾ ਪਤੀਸ਼ਾ, ਇੱਕ ਚੀਜ਼ ਹੋਰ, ਕਿਉਂਕਿ ਲੋਕ ਜਿਹੜੇ ਨੇ ਉਹ ਮੈਨੂੰ ਲੱਗਦਾ ਕਿ ਬਹੁਤ ਉਤਸੁਕ ਨੇ ਕਿ ਚੰਗੇ ਨਤੀਜੇ ਉਡੀਕ ਕਰਨ ਦੇ ਲਈ। ਲੋਕ ਸੋਚ ਰਹੇ ਨੇ ਜਿਹੜੀ ਕੱਲ੍ਹ ਮੀਟਿੰਗ ਹੋਈ ਆ ਉਹਦੇ ਤੋਂ ਪੋਜ਼ਿਟਿਵ ਕੋਈ ਸੁਨੇਹਾ ਆਇਆ, ਤਾਂ ਕਿ ਜਿਹੜਾ ਹੈਗਾ ਲੋਕ ਆਸਵੰਦ ਨੇ ਕਿ ਜਲਦੀ ਮਸਲੇ ਦਾ ਹੱਲ ਹੋਵੇ। ਕੱਲ੍ਹ ਕੋਈ ਮੀਟਿੰਗ ਨਹੀਂ ਹੋਈ, ਗਲਤ ਮੀਡੀਆ 'ਚ ਕਹੀ ਗਏ ਆ। ਪੰਜਾਬ ਦੇ ਅਧਿਕਾਰੀਆਂ ਨੇ ਕੱਲ੍ਹ ਮੀਟਿੰਗ ਅਰੇਂਜ ਕਰਾਈ ਹੋਈ ਆ, ਕਿੱਦਾਂ ਹੋਣੀ ਆ ਮੀਟਿੰਗ, ਅੱਜ ਹੋਣੀ ਹੋਗੀ। ਅਸੀਂ ਪੋਜ਼ਿਟਿਵ ਮਾਈਂਡ ਨਾਲ ਚੱਲੇ ਹਾਂ ਕਿ ਸਰਕਾਰ ਸਾਡੇ ਮਸਲਿਆਂ ਦਾ ਹੱਲ ਕਰ ਦੋ। ਹੁਣ ਜਿਸ ਤਰ੍ਹਾਂ ਪੰਜਾਬ ਦੇ ਅਧਿਕਾਰੀਆਂ ਨੇ ਸੁਨੇਹਾ ਦਿੱਤਾ, ਤਾਂ ਲੱਗਦਾ ਹੈ ਕਿ ਕੇਂਦਰ ਪਹਿਲਾਂ ਕਈ ਕਈ ਘੰਟੇ ਮੀਟਿੰਗ ਹੋਈ, ਤਾਂ ਹੁਣ ਵਾਲੀ ਮੀਟਿੰਗ ਹੈ ਜਿਹੜੀ ਉਹਦੇ ਨਤੀਜੇ ਚੰਗੇ ਆਉਣ ਦੀ ਆਸ? ਕਿਉਂ ਨਹੀਂ, ਆਸਣਾ ਹੀ ਜਾਂਦੇ ਹਾਂ। ਹੁਣ ਕੇਂਦਰ ਕਰਦਾ ਨਹੀਂ ਕਰਦਾ ਇਹ ਤਾਂ ਮੀਟਿੰਗ ਤੋਂ ਬਾਅਦ ਹੀ ਪਤਾ ਲੱਗਦਾ। ਅੱਛਾ, ਇੱਥੇ ਨੌਜਵਾਨਾਂ ਨੂੰ ਕੀ ਸੁਨੇਹਾ ਦਿੱਤਾ ਗਿਆ, ਅੱਜ ਕੀ ਸਥਿਤੀ ਰਹਿ ਸਕਦੀ ਹੈ ਜਿਸ ਤਰ੍ਹਾਂ ਦਾ ਕੱਲ੍ਹ ਅਗਰੈਸਿਵ ਮਾਹੌਲ ਰਿਹਾ ਉਧਰੋਂ ਲਗਾਤਾਰ ਸਰਕਾਰ ਦੀ ਮੀਟਿੰਗ ਦੇਖ ਲਈਏ?